ਨਿਊਜ਼ 18 ਤੇ ਰਿਟਾਇਰਡ ਜਸਟਿਸ ਜ਼ੋਰਾ ਸਿੰਘ ਦਾ ਵੱਡਾ ਐਲਾਨ, ਕਿਹਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਾਂਗਾ ਚੋਣ। ਬੇਅਦਬੀ ਮਾਮਲੇ ਤੇ ਬਣੇ ਪਹਿਲੇ ਕਮਿਸ਼ਨ ਦੇ ਮੁਖੀ ਸਨ ਜਸਟਿਸ ਜ਼ੋਰਾ ਸਿੰਘ, 2019 ਚ ਜਲੰਧਰ ਤੋਂ ਸਨ ਆਪ ਦੇ ਉਮੀਦਵਾਰ। ਚੋਣ ਪ੍ਰਚਾਰ ਦੌਰਾਨ ਦਿਖਿਆ ਕੰਗਨਾ ਰਣੌਤ ਦਾ ਵੱਖਰਾ ਅੰਦਾਜ਼, ਮਹਿਲਾਵਾਂ ਸੰਗ ਝੂਮਦੀ ਨਜ਼ਰ ਆਈ ਕੰਗਨਾ। ਬਾਲਕ ਮਹੇਸ਼ਵਰ ਮੰਦਿਰ ਬਜ਼ੋਰਾ ਦੇ ਪ੍ਰਤਿਸ਼ਠਾ ਸਮਾਗਮ ਚ ਕੀਤੀ ਸ਼ਮੂਲੀਅਤ। ਤਰਨ ਤਾਰਨ ਚ ਫਿਲਮੀ ਅੰਦਾਜ਼ ਚ ਮੁਲਜ਼ਮ ਕਾਬੂ, SSP ਦਫ਼ਤਰ ਪਹੁੰਚੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ। ਅਦਾਲਤ ਨੇ ਕੱਢੇ ਹੋਏ ਸੀ ਵਾਰੰਟ, ਪਰ ਮੁਲਜ਼ਮ ਸੀ ਅਣਜਾਣ। ਫਿਰੋਜ਼ਪੁਰ ਚ ਸਵਾਲਾਂ ਚ ਘਿਰੀ ਪੁਲਿਸ, ਇੱਕ ASI ਤੇ ਮਹਿਲਾ ਨੂੰ ਲੱਤਾਂ ਮਾਰਨ ਦੇ ਲੱਗੇ ਇਲਜ਼ਾਮ, ਕੈਮਰੇ ਚ ਕੈਦ ਹੋਈਆਂ ਤਸਵੀਰਾਂ, ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਪ੍ਰੀਤੀ ਪੌਲ। ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਦਿੱਲੀ 'ਚ ਹਰਿਆਣਾ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਬੈਠਕ ਹੋਈ ਹੈ। ਹਰਿਆਣਾ ਕਾਂਗਰਸ ਇੰਚਾਰਜ ਦੀਪਕ ਬਾਬਰੀਆ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਹੈ ਕਿ ਭੁਪਿੰਦਰ ਸਿੰਘ ਹੁੰਡਾ ਹੁਣ ਚੋਣ ਨਹੀਂ ਲੜਨਗੇ, ਲੋਕ ਸਭਾ ਚੋਣਾਂ ਉਹ ਨਹੀਂ ਲੜਨਗੇ। ਪਾਰਟੀ 'ਚ ਸਾਰੇ ਨਾਵਾਂ 'ਤੇ ਸਹਿਮਤੀ ਬਣ ਗਈ ਹੈ, ਇੱਕ ਦੋ ਔਰਤਾਂ ਨੂੰ ਜਲਦ ਉਮੀਦਵਾਰ ਬਣਾਇਆ ਜਾ ਸਕਦਾ ਹੈ। ਕੱਲ੍ਹ ਦਿੱਲੀ 'ਚ ਹੁਣ ਕਾਂਗਰਸ ਦੀ ਬੈਠਕ ਹੋਵੇਗੀ, ਪੰਜਾਬ ਦੇ ਉਮੀਦਵਾਰਾਂ ਦਾ ਵੀ ਐਲਾਨ ਹੋ ਸਕਦਾ ਹੈ। तो कल आप लोग पैनल रख रहे हैं सर, सिंगल नाम के साथ रिकमेंडेशन है? ज्यादातर सिंगल नाम, ज्यादातर सिंगल नाम है। कल करीब बैठक के बाद उम्मीद की जा सकती है कि इस बार अप्रूव हो जाएंगे सारे नौ तीनों? निश्चित रूप से। भूपेंद्र सिंह हुड्डा साहब के नाम की चर्चा? नहीं, वो नहीं लड़ेंगे, वो नहीं लड़ेंगे। ही इज सपोज टू लीड द पार्टी जो है, CLP है उसके। कल श्रोमणी अकाली दल की पहली लिस्ट जारी हो सकती है, ਜਿਸ ਦੇ ਵਿੱਚ 5 ਉਮੀਦਵਾਰਾਂ ਦੇ ਨਾਮ ਐਲਾਨੇ ਜਾ ਸਕਦੇ ਨੇ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਹੋ ਸਕਦੇ ਨੇ ਉਮੀਦਵਾਰ, ਤਾਂ ਅਨੰਦਪੁਰ ਸਾਹਿਬ ਤੋਂ ਚੰਦੂ ਮਾਜਰਾ ਨੂੰ ਮਿਲ ਸਕਦੀ ਹੈ ਟਿਕਟ, ਪਟਿਆਲਾ ਤੋਂ NK ਸ਼ਰਮਾ ਹੋ ਸਕਦੇ ਨੇ ਉਮੀਦਵਾਰ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਨਾਂ 'ਤੇ ਮੋਹਰ ਲੱਗ ਸਕਦੀ ਹੈ, ਹੁਸ਼ਿਆਰਪੁਰ ਤੋਂ ਲਖਬੀਰ ਸਿੰਘ ਹੋ ਸਕਦੇ ਨੇ ਉਮੀਦਵਾਰ। ਤਾਂ ਅਕਾਲੀ ਦਲ ਦੀ ਕੱਲ੍ਹ ਪਹਿਲੀ ਲਿਸਟ ਜਾਰੀ ਹੋ ਸਕਦੀ ਹੈ, ਜਿਸ ਦੇ ਵਿੱਚ 5 ਨਾਵਾਂ ਦਾ ਐਲਾਨ ਹੋ ਸਕਦਾ ਹੈ। ਸਾਬਕਾ PM ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬੇਅੰਤ ਸਿੰਘ ਦੇ ਬੇਟੇ ਹੁਣ ਮੁੜ ਚੋਣ ਲੜਨ ਜਾ ਰਹੇ ਨੇ। ਸਰਬਜੀਤ ਸਿੰਘ ਖਾਲਸਾ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ। ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ। 2004 'ਚ ਬਠਿੰਡਾ ਤੋਂ ਵੀ ਚੋਣ ਲੜੀ ਸੀ ਉਹਨਾਂ ਨੇ ਲੋਕ ਸਭਾ ਦੀ। ਸਰਬਜੀਤ ਨੂੰ ਬਠਿੰਡਾ ਤੋਂ ਮਿਲੀਆਂ ਸਨ 1,13,490 ਵੋਟਾਂ, ਤਾਂ 2007 ਦੇ ਵਿੱਚ ਭਦੌੜ ਤੋਂ ਵੀ ਉਹਨਾਂ ਨੇ ਚੋਣ ਲੜੀ ਸੀ, ਉਸ ਵੇਲੇ ਮਹਿਜ਼ 15,702 ਵੋਟਾਂ ਪਈਆਂ ਸਨ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ। ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸਨ। ਦੱਸ ਦਈਏ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬੇਅੰਤ ਸਿੰਘ ਦਾ ਪਰਿਵਾਰ ਵੀ ਕਈ ਚੋਣਾਂ ਲੜ ਚੁੱਕਿਆ। ਮੈਂ ਵੀ ਇਲੈਕਸ਼ਨ ਲੜਨ ਦਾ ਮੇਰਾ ਮਨ ਨਹੀਂ ਸੀ,
ਇਹ ਸੰਗਤ ਹੀ ਦੇ ਕਹੇ 'ਤੇ ਮੇਰੇ ਕੋਲ ਆਏ ਸੀ ਫਰੀਦਕੋਟ ਤੋਂ ਕਈ ਜਣੇ। ਉਹ ਕਹਿੰਦੇ ਜੀ ਤੁਸੀਂ ਸਾਡੇ ਹਲਕੇ ਤੋਂ ਇਲੈਕਸ਼ਨ ਲੜੋ, ਸਾਰਾ ਕੁਛ ਅਸੀਂ ਕਰਾਂਗੇ। ਫਿਰ ਅਸੀਂ ਬਹੁਤ ਸੋਚ ਵਿਚਾਰ ਕਰਕੇ ਮਨ ਬਣਾਇਆ ਵੀ ਇਲੈਕਸ਼ਨ ਲੜਿਆ ਜਾਵੇ ਇਸ ਵਾਰੀ, ਅਤੇ ਕਿਉਂਕਿ ਉਹਨਾਂ ਨੇ ਹਿਸਾਬ ਲਾਇਆ ਸੀ ਵੀ ਇੱਕ ਤਾਂ ਉਹਨਾਂ ਦੇ ਹਲਕੇ ਦੇ ਵਿੱਚ ਕੋਈ ਵੀ ਇਹੋ ਜਿਹਾ ਸ਼ਖਸ ਨਹੀਂ ਹੈ, ਸਾਰੇ ਸਿੰਗਰ ਹੈ, ਅਤੇ ਜਿਵੇਂ ਹੁਣ ਸਰਕਾਰ ਰਹੀ ਹੈ ਝਾੜੂ ਦੀ, ਇਹਦੇ ਵਿੱਚ ਵੀ ਸਿੰਗਰ ਹੈ, ਕਲਾਕਾਰ ਹੈ, ਜਿਵੇਂ CM ਹੀ ਭਗਵੰਤ ਮਾਨ ਸਾਹਿਬ ਹੈ, ਅਤੇ ਉਹ ਲੋਕਾਂ ਦਾ ਹੁਣ ਇਹਨਾਂ ਤੋਂ ਐਕਟਰਾਂ ਤੋਂ ਜਾਂ ਸਿੰਗਰਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ। ਇਸ ਲਈ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਵੀ ਤੁਹਾਡਾ ਕੁਰਬਾਨੀ ਵਾਲਾ ਪਰਿਵਾਰ ਹੈ, ਲੋਕ ਕੁਰਬਾਨੀ ਦੇਖ ਕੇ ਵੋਟ ਪਾਉਣਗੇ, ਜਾਂ ਵੀ ਸਿੰਗਰਾਂ ਨੂੰ ਜੇ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਸਿੰਗਰਾਂ ਨੂੰ ਨਹੀਂ ਵੋਟ ਪੈਂਦੀ। ਨਹੀਂ ਜੀ, ਮੈਂ ਨਾ ਕਿਸੇ ਕੋਲ ਗਿਆ ਹੈ, ਨਾ ਮੈਨੂੰ ਹਾਲੇ ਤੱਕ ਕਿਸੇ ਨੇ ਅਪਰੋਚ ਕੀਤਾ ਹੈ। ਮੈਨੂੰ ਸੰਗਤ ਦੇ ਬਹੁਤ ਫੋਨ ਆਉਂਦੇ ਹੈ, ਮੈਨੂੰ ਹੁਣੀ ਤੁਹਾਡੇ ਸਾਹਮਣੇ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦਾ ਫੋਨ ਆਇਆ, ਉਹਨਾਂ ਦੇ ਪ੍ਰਧਾਨ ਦਾ, ਬਈ ਅਸੀਂ ਤੁਹਾਡੇ ਨਾਲ ਹੈ, ਤੁਸੀਂ ਆਓ, ਅਸੀਂ ਮਿਲਣਾ ਹੈ ਤੁਹਾਨੂੰ, ਮਤਲਬ ਐਵੇਂ ਬਹੁਤ ਫੋਨ ਬਹੁਤ ਆਉਂਦੇ ਆ ਲੋਕਾਂ ਦੇ, ਅਤੇ ਪਰ ਕਿਸੇ ਸਿਆਸੀ ਬੰਦੇ ਦਾ ਫੋਨ ਨਹੀਂ ਆਇਆ। ਤੁਹਾਡੀ ਮਾਤਾ ਜੀ ਔਰ ਤੁਹਾਡੇ ਦਾਦਾ ਜੀ ਉਸ ਵੇਲੇ 1999 ਦੇ ਵਿੱਚ, ਕਿਉਂਕਿ ਇੱਕ ਮਾਹੌਲ ਉਸ ਵੇਲੇ ਅਜਿਹਾ ਸੀ, ਉਹ ਦੋਨੋਂ ਚੋਣ ਜਿੱਤਦੇ ਨੇ, ਮੈਂਬਰ ਪਾਰਲੀਮੈਂਟ ਬਣਦੇ ਨੇ, ਉਸ ਤੋਂ ਬਾਅਦ ਮਾਹੌਲ ਆ ਜਿਹੜਾ ਉਹ ਕਿਤੇ ਨਾ ਕਿਤੇ ਚੋਣ ਮੁੱਦੇ ਮਾਹੌਲ ਸਮੇਂ ਦੇ ਨਾਲ ਚੇਂਜ ਹੋ ਗਿਆ, ਸ਼ਾਇਦ ਇਸੇ ਕਰਕੇ ਤੁਸੀਂ 3 ਚੋਣਾਂ ਹਾਰ। ਇਸ ਵਾਰੀ ਤੁਹਾਨੂੰ ਕੀ ਲੱਗਦਾ ਹੈ ਕਿ ਐਸਾ ਕੀ ਬਦਲ ਗਿਆ ਕਿ 3 ਚੋਣਾਂ ਤੁਹਾਨੂੰ ਹਾਰਦਾ ਨੂੰ ਦੇਖਣਾ ਪਿਆ? ਇਸ ਵਾਰ ਲੋਕ ਤੁਹਾਡੇ ਤੇ ਕਿਉਂ ਲੱਗਦਾ ਹੈ ਕਿ ਭਰੋਸਾ ਕਰਦੇ? ਕਿਉਂਕਿ ਨਹੀਂ, ਜਿਵੇਂ ਫਰੀਦਕੋਟ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀਆਂ ਬੇਅਦਬੀਆਂ ਹੋਈਆਂ ਹੈ, ਉਹਦੇ ਵਿੱਚ ਸਰਕਾਰਾਂ, ਮੌਜੂਦਾ ਸਰਕਾਰ ਵੀ ਅਤੇ ਪਹਿਲਾਂ ਵਾਲੀ ਸਰਕਾਰ ਵੀ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਨਹੀਂ ਰਹੀ, ਜਾਂ ਤੁਸੀਂ ਕਹਿ ਲਓ ਬਈ ਇਹ ਇਸ ਮੁੱਦਿਆਂ 'ਤੇ ਨਹੀਂ ਇਨਸਾਫ ਦਿਵਾਉਣਾ ਚਾਹੁੰਦੇ, ਕਿਉਂਕਿ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ। 84 ਤੋਂ 47 ਤੋਂ ਲੈ ਕੇ ਲਾ ਲਓ ਤੁਸੀਂ, ਹੁਣ ਤੱਕ ਇਨਸਾਫ ਮਿਲਿਆ ਹੀ ਨਹੀਂ। ਹੁਣ ਉਹਨਾਂ ਨੇ ਸਾਰਿਆਂ ਨੇ ਵਿਚਾਰ ਕੀਤਾ ਵੀ ਜੇ ਕੋਈ ਇਨਸਾਫ ਦਵਾ ਸਕਦਾ ਹੈ ਤਾਂ ਕੁਰਬਾਨੀ ਵਾਲੇ ਪਰਿਵਾਰ, ਜਿਹੜੇ ਮਹਾਰਾਜ ਦੇ ਵਿੱਚ ਅਤਿ ਵਿਸ਼ਵਾਸ ਹੈ ਜਿਨ੍ਹਾਂ ਦਾ, ਉਹ ਪਰਿਵਾਰ 'ਚੋਂ ਹੀ ਕੋਈ ਨਾ ਕੋਈ ਦਵਾ ਸਕਦਾ। ਕਿਉਂਕਿ ਤੁਸੀਂ ਦੇਖ ਲਓ ਵੀ ਸਾਡੇ ਫਾਦਰ ਸਾਹਿਬ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਹਰਿਮੰਦਰ ਸਾਹਿਬ, ਦਰਬਾਰ ਸਾਹਿਬ 'ਤੇ ਸਾਰਾ ਅਟੈਕ ਹੋਇਆ, ਉਹਦੇ ਵਿੱਚ ਉਸੇ ਦੀ ਬੇਅਦਬੀ ਦਾ ਹੀ ਬਦਲਾ ਲਿਆ ਹੈ। ਤਾਂ ਹੁਣ ਸੰਗਤ ਨੂੰ ਉਮੀਦ ਹੈ ਵੀ ਆਪਾਂ ਜਿੱਤ ਕੇ ਅਤੇ ਇਸ 'ਤੇ ਕਾਰਵਾਈ ਜ਼ਰੂਰ ਕਰਾਂਗੇ ਵੀ ਦੋਸ਼ੀਆਂ ਨੂੰ ਸਜ਼ਾ ਮਿਲੇ। ਹੁਣ ਰੁੱਖ ਕਰਦੇ ਹਾਂ ਫਿਰੋਜ਼ਪੁਰ ਦਾ, ਜਿੱਥੇ ਫਿਰੋਜ਼ਪੁਰ ਪੁਲਿਸ ਸਵਾਲਾਂ ਦੇ ਘੇਰੇ 'ਚ ਘਿਰ ਗਈ ਹੈ। ASI 'ਤੇ ਮਹਿਲਾ ਦੇ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲੱਗੇ ਨੇ, ਮਹਿਲਾ ਨੂੰ ਲੱਤਾਂ ਮਾਰਨ ਦੇ ਵੀ ਇਲਜ਼ਾਮ ਲੱਗੇ ਨੇ। ਪਰਿਵਾਰ ਦਾ ਕਹਿਣਾ ਹੈ ਕਿ ਗੁਆਂਢੀਆਂ ਦੀ ਝੂਠੀ ਸ਼ਿਕਾਇਤ 'ਤੇ ਉਹਨਾਂ ਦੇ ਘਰ ਪੁਲਿਸ ਆਈ ਸੀ, ਘਰ 'ਚ ਮੌਜੂਦ ਮਹਿਲਾ ਦੇ ਨਾਲ ਬਦਸਲੂਕੀ ਕੀਤੀ ਗਈ ਹੈ। ਹੁਣ ਤਬੀਅਤ ਵਿਗੜਨ 'ਤੇ ਮਹਿਲਾ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦਰਅਸਲ ਗੁਆਂਢੀਆਂ ਦੇ ਨਾਲ ਬਿਜਲੀ ਦੀ ਕੁੰਡੀ ਨੂੰ ਲੈ ਕੇ ਵਿਵਾਦ ਹੋਇਆ ਸੀ। ਪੀੜਿਤ ਪਰਿਵਾਰ ਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ। ਫਿਰੋਜ਼ਪੁਰ ਦੇ ਕ੍ਰਿਸ਼ਨਾ ਇਨਕਲੇਵ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ। ਅੱਜ ਸਾਡੇ ਘਰੇ ਸ਼ਾਮੀ 5 ਵਜੇ ਤੋਂ ਬਾਅਦ ਪੁਲਿਸ ਵਾਲੇ ਅੰਦਰ ਵੜ ਗਏ ਆ, ਤੇ ਉਹਨਾਂ ਨੇ ਮੇਰੀ ਮੰਮੀ ਨੂੰ ਮਾਰਿਆ। ਉਹਨਾਂ ਨੇ ਪਹਿਲੇ ਬਾਂਹ ਮਰੋੜੀ, ਉਹਨਾਂ ਦੀ ਬਾਂਹ ਟੁੱਟ ਗਈ ਹੈ, ਤੇ ਉਹ ਲੱਤਾਂ ਵੀ ਮਾਰੀਆਂ ਉਹਨਾਂ ਨੂੰ, ਤੇ ਘਰੇ ਆ ਕੇ ਵਾਧੂ ਬੋਲੇ ਵਾਲੇ ਗਾਲਾਂ ਗੁਲਾਂ ਵੀ ਕੱਢੀਆਂ।
ਤੇ ਸਾਹਮਣੇ ਵਾਲਿਆਂ ਨਾਲ ਕੋਈ ਕੁੰਡੀ ਦਾ ਝਗੜਾ ਸੀਗਾ ਉਹਨਾਂ ਦਾ, ਇਸ ਕਰਕੇ ਲੜਾਈ ਹੋਈ ਹੈ। ਅਸੀਂ ਇਹੀ ਮੰਗ ਕਰਦੇ ਹਾਂ ਕਿ ਥਾਣਾ ਕੁਲਗੜੀ ਤੋਂ ਇਹ ਸੁਰਜੀਤ ASI ਦੀ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ। ਹੁਣ ਤਰਨ ਤਾਰਨ 'ਚ ਇੱਕ ਮੁਲਜ਼ਮ ਨੂੰ ਫਿਲਮੀ ਅੰਦਾਜ਼ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ। ਕਤਲ ਕਰਨ ਲਈ ਉਕਸਾਉਣ ਤੇ ਕੁੱਟਮਾਰ ਦੇ ਇਲਜ਼ਾਮਾਂ 'ਚ ਇੱਕ ਮੁਲਜ਼ਮ ਦੇ ਖਿਲਾਫ ਕੋਰਟ ਦੇ ਵੱਲੋਂ ਵਾਰੰਟ ਜਾਰੀ ਕੀਤੇ ਗਏ ਸਨ, ਤਾਂ ਪੁਲਿਸ ਦੇ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ, ਪਰ ਮੁਲਜ਼ਮ ਖੁਦ ਹੀ ਕਿਸੇ ਅਧਿਕਾਰੀ ਨੂੰ ਮਿਲਣ SSP ਦੇ ਦਫ਼ਤਰ ਪਹੁੰਚ ਗਿਆ, ਜਿੱਥੇ ਪੁਲਿਸ ਨੇ ਮੁਲਜ਼ਮ ਨੂੰ ਦਬੋਚ ਲਿਆ। ਮੁਲਜ਼ਮ ਦੇ ਮੁਤਾਬਕ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਪੁਲਿਸ ਉਸਦੀ ਭਾਲ ਕਰ ਰਹੀ ਹੈ। ਮੇਰੇ ਬੇਟੇ ਨੂੰ ਧਮਕੀਆਂ ਦਿੰਦਾ ਸੀ, ਮੇਰੇ ਬੇਟੇ ਨੇ ਸੁਸਾਈਡ ਕਰਨੀ ਸੀ, ਉਹਦਾ ਅਦਾਲਤ ਦੇ ਵਿੱਚ ਕੇਸ ਵੀ ਇਹਨਾਂ ਨਾਲ ਅਵਤਾਰ ਸਿੰਘ ਦਿਓਲ, ਰਘਵੀਰ ਸਿੰਘ ਅਤੇ ਮਨਜੀਤ ਸਿੰਘ, ਇਹਨਾਂ ਦੇ ਨਾਲ ਕੇਸ ਚੱਲਦਾ ਸੀਗਾ। ਉਹਨੇ ਸੁਸਾਈਡ ਕਰ ਲਈ ਅਤੇ ਇਹਨਾਂ 'ਤੇ ਪਹਿਲਾਂ ਪਰਚਾ ਹੋਇਆ, FIR ਵਗੈਰਾ ਹੋਈ, ਫਿਰ ਇਨਕੁਆਇਰੀ ਦੇ ਵਿੱਚ ਵੀ ਇਹ ਫਿਰ ਦੋਸ਼ੀ ਪਾਏ ਗਏ, ਫਿਰ ਹਾਈ ਕੋਰਟ ਨੇ ਵੀ ਇਹਨੂੰ ਗ੍ਰਿਫਤਾਰੀ ਦਾ ਇਹਦੇ ਕੱਢੇ ਸੀਗੇ, ਫਿਰ ਇੱਥੋਂ ਲੋਕਲ ਆਪਣਾ ਜੱਜ ਸਾਹਿਬ ਦੇ ਵੀ ਹੈਗੇ ਆਰਡਰ ਦੇ। ਹਾਂ, ਪ੍ਰੋਪਰਟੀ ਮੈਟਰ, ਪ੍ਰੋਪਰਟੀ ਵੇਖੋ ਜੀ, ਪਿੰਡ ਪੰਗਾ ਭੰਗਾਲਾ ਦੀ ਪ੍ਰੋਪਰਟੀ ਮੈਟਰ ਸੀਗਾ, ਪਿੰਡ ਭੰਗਾਲਾ ਦੀ ਪੰਚਾਇਤ ਨੇ ਅਤੇ ਜਿਹੜੀ ਹੈਗੀ ਸੀ ਉੱਥੋਂ ਦੀ ਜਿਹੜੀ ਕਮੇਟੀ ਸੀ, ਉਹਨਾਂ ਬਕਾਇਦਾ ਆਪਣੇ ਮਤਾ ਪਾ ਕੇ ਕੋਰਟਾਂ ਦੇ ਵਿੱਚ ਜਾ ਕੇ ਬਿਆਨ ਦੇ ਕੇ ਕੇਸ ਜਿਹੜਾ ਵਾ ਉਹਨੂੰ ਵਾਪਸ ਕੀਤਾ, ਖਤਮ ਕੀਤਾ ਅਤੇ ਮੰਤ ਨੂੰ ਮੰਤ ਮੰਨਿਆ, ਅਤੇ ਮੰਤ ਨੇ ਸਾਨੂੰ ਜਿਹੜਾ ਵਾ ਪਟੇ ਕਰਨ ਲਈ ਪਾਵਟਰ ਨਹੀਂ ਦਿੱਤੀ ਸੀ, ਅਸੀਂ ਉੱਥੋਂ ਕੀਤੀ। ਇਹ ਉਸ ਮੁੱਦੇ ਨੂੰ ਲੈ ਕੇ ਹੀ ਸਾਡੀ ਗੱਲ, ਜਦੋਂ ਕਿ ਜਿਹੜਾ ਦੇਣ ਵਾਲਾ ਪਿੰਡ ਭੰਗਾਲਾ ਸਹਿਮਤ ਆ, ਮੰਤ ਸਹਿਮਤ ਆ, ਇਹਦਾ ਮਤਲਬ ਨਹੀਂ ਸਿਰਫ ਲੋਕਾਂ ਨੂੰ ਬਲੈਕਮੇਲ ਕਰਨਾ। ਜੁਲਾਈ 2023 ਦੇ ਵਿੱਚ ਭੁਪਿੰਦਰ ਸਿੰਘ ਰਾਹੁਲ ਨੇ ਸੁਸਾਈਡ ਕਰ ਲਈ ਸੀ ਜੀ, ਅਤੇ ਵਿਕਰਮ ਸਿੰਘ ਪੁੱਤਰ ਗੁਰਮੁਖ ਸਿੰਘ ਦਾ ਬੇਟਾ ਸੀਗਾ ਜੀ, ਉਹਦੇ ਰਿਗਾਰਡਿੰਗ FIR ਨੰਬਰ 242/2023 ਦਰਜ ਹੋਇਆ ਸੀ ਥਾਣਾ ਸਿਟੀ 'ਚ, ਜਿਹਦੇ 'ਚ ਇਹ ਬੰਦਾ ਵਾਂਟਿਡ ਸੀ ਅਵਤਾਰ ਸਿੰਘ ਦਿਓਲ। ਇਸ ਤੋਂ ਬਾਅਦ ਇਹਦੇ ਉੱਤੇ ਫਿਰ ਇੱਕ 343/2023 FIR ਦਰਜ ਹੋਈ ਉਸੇ ਥਾਣੇ 'ਚ। ਇਹ ਦੋਨਾਂ ਕੇਸਾਂ 'ਚ ਵਾਂਟਿਡ ਸੀਗਾ ਅਤੇ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਤਰਨ ਤਾਰਨ ਸਾਹਿਬ ਨੇ ਇਹਦੀ ਗ੍ਰਿਫਤਾਰੀ ਵਾਸਤੇ ਇਹਨੂੰ ਅਰੈਸਟ ਕਰਨ ਲਈ ਵਾਰੰਟ ਵੀ ਜਾਰੀ ਕੀਤਾ ਆ। ਅੱਜ ਲੋਕਲ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ, ਬੜੀ ਵਧੀਆ ਕਾਰਵਾਈ ਹੋਈ ਹੈ ਜੀ। ਮੁਕੱਦਮੇ ਦੇ ਵਿੱਚ ਹੈਗਾ ਸੀ ਵਾਂਟਿਡ, ਯਾਨੀ ਕਿ ਉੱਥੇ ਦਫ਼ਤਰ ਵਿੱਚ ਕਹਿੰਦਾ ਇਹਨਾਂ ਨੂੰ ਜਿਹੜਾ ਵਾ। ਚੂਹਿਆਂ ਦੇ ਮਾਮਲੇ 'ਚ ਹੁਣ ਪ੍ਰਸ਼ਾਸਨ ਹਰਕਤ 'ਚ ਆ ਗਿਆ। ਲੁਧਿਆਣਾ DC ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ, ਸ਼ਾਕਸੀ ਸਾਨੀ ਨੇ ਹਸਪਤਾਲ ਦਾ ਜਾਇਜ਼ਾ ਲਿਆ, ਹਸਪਤਾਲ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਅਤੇ ਚੂਹਿਆਂ ਦੀ ਸਮੱਸਿਆ ਨੂੰ ਲੈ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਹੈ ਕਿ ਚੂਹਿਆਂ ਦੀ ਸਮੱਸਿਆ 70% ਤੱਕ ਹੱਲ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਹੀ ਇੱਥੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਹਸਪਤਾਲ ਦੇ ਵਾਰਡ ਦੇ ਵਿੱਚ ਚੂਹੇ ਘੁੰਮਦੇ ਹੋਏ ਨਜ਼ਰ ਆਏ ਸੀ, ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਹਰਕਤ 'ਚ ਆ ਗਿਆ। ਅੱਜ ਮੈਂ ਇੱਕ ਨਿਰੀਖਣ ਦੇ ਨਾਲ ਨਾਲ ਰਿਵਿਊ ਕੀਤਾ ਸੀਗਾ ਜੋ ਇੱਥੇ ਦਿੱਕਤਾਂ ਆ ਰਹੀਆਂ ਸੀਗੀਆਂ। ਇੱਕ ਤਾਂ ਜਿਹੜੀ ਚੂਹੇ ਦੀ ਇੱਕ ਦਿੱਕਤ ਆਈ ਸੀਗੀ ਜਿਹਦੇ 'ਤੇ ਕਾਫੀ ਟਾਈਮ ਤੋਂ ਅਸੀਂ ਕੰਮ ਹੁਣ ਕਰ ਰਹੇ ਹੈਗੇ, ਉਹਨਾਂ ਦੇ ਕੀ ਰਿਜ਼ਲਟ ਇਫੈਕਟ ਨਿਕਲਿਆ ਹੈ ਉਹ ਅਸੀਂ ਸਾਰੀ ਟੀਮ ਨਾਲ ਹੁਣ ਰਿਵਿਊ ਕੀਤਾ ਹੈਗਾ। ਅਤੇ 70% ਜਿਹੜੀ ਇਹਨਾਂ ਨੇ ਕਾਫੀ ਪ੍ਰੋਬਲਮ ਵੀ ਕੰਟਰੋਲ ਕਰ ਲਈ ਹੈ। PAU ਦੀ ਜਿਹੜੀ ਸਪੈਸ਼ਲ ਟੀਮ ਸੀਗੀ ਤਾਂ ਉਹਨੂੰ ਸਸਟੇਨੇਬਲ ਕਿਸ ਤਰ੍ਹਾਂ ਬਣਾਇਆ ਜਾਵੇ, ਨਾਲ ਹੀ ਹੁਣ ਜਿਹੜਾ ਮੇਨ ਇੱਕ ਇਸ਼ੂ ਸੀਗਾ ਕਿ ਕੰਪੈਕਟਰ ਹੁਣ ਚੱਲ ਪਿਆ ਹੈਗਾ, ਜਿਹੜਾ ਸਿਵਲ ਹੋਸਪਿਟਲ ਦੇ ਬੈਕ ਸਾਈਡ 'ਤੇ ਗਾਰਬੇਜ ਸਿੱਟਿਆ ਜਾਂਦਾ ਸੀਗਾ, ਹੁਣ ਉਹ ਕਲੀਅਰ ਹੋ ਕੇ ਕਾਰਪੋਰੇਸ਼ਨ ਵੱਲੋਂ ਕੰਪੈਕਟਰ ਚਲਾ ਦਿੱਤੇ ਗਏ ਹੈਗੇ ਹੈ ਅਤੇ ਇੱਕ ਸ਼ਾਇਦ ਵੀਕਐਂਡ 'ਤੇ ਵੀ ਓਪਰੇਸ਼ਨਲ ਹੋ ਜਾਏਗਾ। ਸੋ
ਜ਼ੀਰਕਪੁਰ 'ਚ ਚੱਲਦੀ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਕਾਰ 'ਚੋਂ ਤੁਰੰਤ ਨਿਕਲ ਕੇ ਸਵਾਰੀਆਂ ਨੇ ਆਪਣੀ ਜਾਨ ਬਚਾਈ ਹੈ। ਕਾਰ 'ਚ ਸਵਾਰ ਇੱਕ ਮਹਿਲਾ ਸਮੇਤ ਤਿੰਨ ਬੱਚੇ ਸਵਾਰ ਸੀ। ਮਹਿਲਾ ਨੇ ਤਿੰਨਾਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਲੱਗਣ ਦੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਮੌਕੇ 'ਤੇ ਹੀ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਦੀ ਇਹ ਘਟਨਾ ਜ਼ੀਰਕਪੁਰ ਦੇ ਸਿਲਵਰ ਸਿਟੀ ਸੁਸਾਇਟੀ ਦੇ ਸਾਹਮਣੇ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ 'ਤੇ ਪਹੁੰਚੀਆਂ ਨੇ ਅਤੇ ਅੱਗ 'ਤੇ ਕਾਬੂ ਪਾ ਲਿਆ। ਤਾਂ ਜ਼ੀਰਕਪੁਰ 'ਚ ਇਹ ਘਟਨਾ ਵਾਪਰੀ ਹੈ ਜਿੱਥੇ ਕਾਰ ਚੱਲਦੀ ਕਾਰ 'ਚ ਅੱਗ ਲੱਗ ਗਈ ਹੈ। ਇਸ ਕਾਰ ਦੇ ਵਿੱਚ ਮਹਿਲਾ ਸਮੇਤ ਤਿੰਨ ਬੱਚੇ ਸਵਾਰ ਸੀ। ਬਾਬਾ ਫਰੀਦ ਟੀਲਾ ਸਥਿਤ ਗੁਰਦੁਆਰਾ ਸਾਹਿਬ 'ਚ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼। ਸੇਵਾਦਾਰਾਂ ਨੇ ਇੱਕ ਸ਼ਖਸ ਨੂੰ ਕਾਬੂ ਕਰਕੇ ਕੀਤੀ ਕੁੱਟਮਾਰ। ਬਾਈਕ 'ਤੇ ਸਵਾਰ ਹੋ ਕੇ ਆਏ ਸਨ ਦੋ ਵਿਅਕਤੀ। ਅੰਬਾਲਾ ਕੈਂਟ 'ਚ ਇੱਕ ਮਹਿਲਾ 'ਤੇ ਨਰ ਬਲੀ ਦੇਣ ਦਾ ਇਲਜ਼ਾਮ। ਘਰ ਬੁਲਾ ਕੇ ਵਪਾਰੀ ਨੂੰ ਉਤਾਰਿਆ ਮੌਤ ਦੇ ਘਾਟ। ਪੁਲਿਸ ਨੇ ਭਰਾ ਅਤੇ ਭਰਜਾਈ ਦੇ ਨਾਲ ਨੂੰ ਕੀਤਾ ਗ੍ਰਿਫਤਾਰ। ਜਲੰਧਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫਾਸ਼। ਜੈਪਾਲ ਭੁੱਲਰ ਗੈਂਗ ਦੇ ਇੱਕ ਗੁਰਗੇ ਨੂੰ 3 ਕਿਲੋ ਹੈਰੋਇਨ ਸਣੇ ਕੀਤਾ ਗ੍ਰਿਫਤਾਰ। ਦੋ ਪਿਸਤੌਲਾਂ ਵੀ ਰਿਕਵਰ। ਲੁਧਿਆਣਾ ਸੈਂਟਰਲ ਜੇਲ੍ਹ 'ਚ ਭੇਦ ਭਰੇ ਹਾਲਾਤਾਂ 'ਚ ਇੱਕ ਬਜ਼ੁਰਗ ਸ਼ਖਸ ਦੀ ਅੱਗ 'ਚ ਝੁਲਸਣ ਕਾਰਨ ਹੋਈ ਮੌਤ। ਮ੍ਰਿਤਕ ਜੇਲ੍ਹ ਮੁਲਾਜ਼ਮ ਦਾ ਸੀ ਪਿਤਾ। ਪੁਲਿਸ ਵੱਲੋਂ ਪੂਰੇ ਮਾਮਲੇ 'ਚ ਜਾਂਚ ਲਗਾਤਾਰ ਜਾਰੀ। ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਦੀ ਸਟਾਫ ਨਰਸ ਦੀ ਭੇਦ ਭਰੇ ਹਾਲਾਤਾਂ 'ਚ ਹੋਈ ਮੌਤ। ਮ੍ਰਿਤਕ ਨਵਨੀਤ ਕੌਰ ਦੇ ਪਿਤਾ ਦਾ ਇਲਜ਼ਾਮ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਕਤਲ। ਪੁਲਿਸ ਨੂੰ ਅਪੀਲ, ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾਵੇ ਜਾਂਚ। ਕਪੂਰਥਲਾ ਦੇ RCF ਕੰਪਲੈਕਸ 'ਚ ਸਪੈਸ਼ਲ ਚਾਈਲਡ ਲਈ ਚੱਲ ਰਹੇ ਜੈਕ ਐਂਡ ਜਿਲ ਸਕੂਲ 'ਚ ਇੱਕ ਮਹਿਲਾ ਅਧਿਆਪਕ ਦੀ ਮਿਲੀ ਲਾਸ਼। ਕਮਰੇ ਵਿੱਚ ਸ਼ੱਕੀ ਹਾਲਾਤਾਂ 'ਚ ਲਟਕਦੀ ਮਿਲੀ ਲਾਸ਼। ਪਰਿਵਾਰ ਨੇ ਪੁਲਿਸ ਤੇ ਪ੍ਰਸ਼ਾਸਨ ਪਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ। ਸੋਨੀਪਤ ਦੇ ਗਨੌਰ ਇਲਾਕੇ 'ਚ 23 ਸਾਲ ਦੇ ਨੌਜਵਾਨ ਦਾ ਕਤਲ। ਘਰ 'ਚ ਵੜ ਕੇ ਵਾਰਦਾਤ ਨੂੰ ਦਿੱਤਾ ਅੰਜਾਮ। ਮੋਬਾਈਲ ਸਿਮ ਨੂੰ ਲੈ ਕੇ ਹੋਈ ਸੀ ਲੜਾਈ। ਕਿਨੌਰ ਦੇ ਪਿੰਡ ਪੁਰਬਨੀ 'ਚ ਇੱਕ ਸ਼ਖਸ ਨੇ ਆਪਣੀਆਂ ਦੋ ਭੈਣਾਂ ਤੇ ਭਤੀਜੀ ਤੇ ਚਲਾਈਆਂ ਗੋਲੀਆਂ। ਗੰਭੀਰ ਰੂਪ 'ਚ ਜ਼ਖਮੀ ਤਿੰਨਾਂ ਨੂੰ ਹਸਪਤਾਲ 'ਚ ਕਰਵਾਇਆ ਦਾਖਲ। ਪੁਲਿਸ ਨੇ ਮੁਲਜ਼ਮ ਨੂੰ ਪਤਨੀ ਦੇ ਨਾਲ ਕੀਤਾ ਕਾਬੂ। ਮਹਿੰਦਰਗੜ੍ਹ 'ਚ ਸਕੂਲ ਬੱਸ ਹਾਦਸੇ ਦੇ ਮਾਮਲੇ 'ਚ ਗ੍ਰਿਫਤਾਰ 3 ਮੁਲਜ਼ਮਾਂ ਨੂੰ ਪੁਲਿਸ ਨੇ ਕੋਰਟ 'ਚ ਕੀਤਾ ਪੇਸ਼। ਅਦਾਲਤ ਨੇ 5 ਦਿਨਾਂ ਦੇ ਰਿਮਾਂਡ 'ਤੇ ਭੇਜਿਆ। 17 ਅਪ੍ਰੈਲ ਨੂੰ ਮੁੜ ਹੋਵੇਗੀ ਪੇਸ਼ੀ। ਅਮੈਰੀਕਾ 'ਚ ਮਾਰੇ ਗਏ ਦੋ ਪੰਜਾਬੀ ਨੌਜਵਾਨਾਂ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ। ਨਮ ਅੱਖਾਂ ਦੇ ਨਾਲ ਦਿੱਤੀ ਗਈ ਆਖਰੀ ਵਿਦਾਈ। ਦਸੂਹਾ ਦੇ ਪਿੰਡ ਟੈਰ ਕਿਆਣਾ 'ਚ ਕੀਤਾ ਗਿਆ ਦੋਹਾਂ ਦਾ ਸੰਸਕਾਰ। ਝੱਜਰ 'ਚ ਬੱਸ ਦੀ ਚਪੇਟ 'ਚ ਆਉਣ ਕਾਰਨ ਇੱਕ ਕੁੜੀ ਦੀ ਮੌਤ। ਉੱਤਰ ਪ੍ਰਦੇਸ਼ ਤੋਂ ਨੌਕਰੀ ਦੀ ਭਾਲ 'ਚ ਆਈ ਸੀ ਕੁੜੀ। ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਇਆ ਚਾਲਕ। ਮੁਕਤਸਰ 'ਚ ਵੱਡਾ ਹਾਦਸਾ। ਪਿੰਡ ਬੁੱਟਰ ਸਰੀ ਨੇੜੇ ਦਰਖਤ ਨਾਲ ਟਕਰਾਈ ਕਾਰ। ਹਾਦਸੇ 'ਚ ਮਾਂ ਪਿਓ ਤੇ ਬੇਟੇ ਸਣੇ 4 ਲੋਕਾਂ ਦੀ ਮੌਤ। ਇੱਕ ਮਹਿਲਾ ਦੀ ਹਾਲਤ ਗੰਭੀਰ।
ਕੁੱਲੂ ਦੇ ਆਨੀ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਡੂੰਘੇ ਖੱਡ 'ਚ ਡਿੱਗਿਆ ਆਟੋ, ਚਾਰ ਲੋਕਾਂ ਦੀ ਮੌਕੇ 'ਤੇ ਹੋਈ ਮੌਤ। ਨਾਭਾ ਸਰਕਾਰੀ ਕਾਲਜ ਗੈਂਗਰੇਪ ਮਾਮਲੇ ਵਿੱਚ ਤੀਜਾ ਮੁਲਜ਼ਮ ਵੀ ਗ੍ਰਿਫਤਾਰ, ਦੋ ਮੁਲਜ਼ਮਾਂ ਦੀ ਪਹਿਲਾਂ ਹੋ ਚੁੱਕੀ ਹੈ ਗ੍ਰਿਫਤਾਰੀ। 27 ਮਾਰਚ ਨੂੰ BA ਫਸਟ ਈਅਰ ਦੀ ਲੜਕੀ ਨਾਲ ਹੋਇਆ ਸੀ ਜਬਰ ਜਨਾਹ। ਚੰਡੀਗੜ੍ਹ ਪੁਲਿਸ ਨੇ 11 ਸਾਲ ਤੋਂ ਫਰਾਰ ਮੁਲਜ਼ਮ ਨੂੰ ਕੀਤਾ ਕਾਬੂ, 11 ਸਾਲ ਦੀ ਬੱਚੀ ਨੂੰ ਅਗਵਾ ਕਰ ਕੀਤਾ ਸੀ ਜਬਰ ਜਨਾਹ। 5 ਜੂਨ 2015 ਵਿੱਚ ਅਦਾਲਤ ਨੇ ਭਗੌੜਾ ਕੀਤਾ ਸੀ ਕਰਾਰ। ਅੰਮ੍ਰਿਤਸਰ ਵਿੱਚ ਇੱਕ ਦੁਕਾਨ 'ਚੋਂ ਚਾਕਲੇਟ ਚੋਰੀ ਕਰਦਾ ਸ਼ਖਸ ਕਾਬੂ, ਲੋਕਾਂ ਨੇ ਕੁੱਟਮਾਰ ਕਰਕੇ ਪੁਲਿਸ ਦੇ ਕੀਤਾ ਹਵਾਲੇ, ਚੋਰੀ ਦੀਆਂ ਚਾਕਲੇਟਾਂ ਵੀ ਬਰਾਮਦ। ਅੰਮ੍ਰਿਤਸਰ ਪੁਲਿਸ ਨੇ ਦੋਵੇਂ ਸਕੇ ਭਰਾਵਾਂ ਨੂੰ ਲੁੱਟ ਖੋਹ ਮਾਮਲੇ 'ਚ ਕੀਤਾ ਕਾਬੂ, ਹੋਮਗਾਰਡ ਜਵਾਨ ਦੇ ਦੱਸੇ ਜਾ ਰਹੇ ਨੇ ਬੇਟੇ, ਐਕਟਿਵਾ ਸਵਾਰ ਲੜਕੀ ਤੋਂ ਝਪਟਿਆ ਸੀ ਮੋਬਾਈਲ। ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ 'ਚ ਲੁੱਟ ਦੀ ਵਾਰਦਾਤ, ਨਕਾਬਪੋਸ਼ ਸ਼ਖਸ ਨੇ ਗਨ ਪੁਆਇੰਟ ਤੇ ਜਵੈਲਰ ਤੋਂ ਖੋਹੀ ਨਕਦੀ, CCTV ਤਸਵੀਰਾਂ ਆਈਆਂ ਸਾਹਮਣੇ। ਬਠਿੰਡਾ ਵਿੱਚ ਦਿਨ ਦਿਹਾੜੇ ਸ਼ਰੇਆਮ ਲੁੱਟ, 3 ਬਦਮਾਸ਼ਾਂ ਨੇ ਪੈਦਲ ਜਾ ਰਹੇ ਬਜ਼ੁਰਗ ਨੂੰ ਘੇਰਿਆ, ਨਕਦੀ ਤੇ ਮੋਬਾਈਲ ਖੋਹ ਕੇ ਹੋਏ ਫਰਾਰ। ਗੁਰਦਾਸਪੁਰ ਵਿੱਚ ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਗੈਸ ਸਿਲੰਡਰ ਸਮੇਤ ਭੱਠੀ ਤੇ ਬਰਤਨ ਕੀਤੇ ਚੋਰੀ, ਘਟਨਾ CCTV 'ਚ ਹੋਈ ਕੈਦ। ਅਬੋਹਰ ਪੁਲਿਸ ਨੇ 3 ਮੋਬਾਈਲ ਚੋਰਾਂ ਨੂੰ ਕੀਤਾ ਗ੍ਰਿਫਤਾਰ, ਚੋਰੀ ਦੇ 10 ਫੋਨ ਵੀ ਕੀਤੇ ਬਰਾਮਦ। ਕੰਧਵਾਲਾ ਰੋਡ ਨਹਿਰ ਨੇੜੇ ਘੁੰਮ ਰਿਹਾ ਸੀ ਮੁਲਜ਼ਮ। ਮਲੌਟ ਪੁਲਿਸ ਨੇ 1 ਸ਼ਖਸ ਨੂੰ ਕੀਤਾ ਗ੍ਰਿਫਤਾਰ, ਚੋਰੀ ਦੀ 1 ਕਾਰ ਹੋਈ ਬਰਾਮਦ, ਮੁਲਜ਼ਮ ਦੀ ਨਿਸ਼ਾਨਦੇਹੀ ਤੇ 8 ਬਾਈਕ ਵੀ ਕੀਤੇ ਜ਼ਬਤ। ਗੁਰਦਾਸਪੁਰ ਵਿੱਚ ਚੋਰਾਂ ਨੇ ਫਲੈਕਸ ਬੋਰਡ ਦੀਆਂ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਟੁੱਟੀਆਂ ਤੇ ਇਨਵਰਟਰ ਕੀਤਾ ਚੋਰੀ, ਲੋਕਾਂ ਨੇ ਚੋਰ ਨੂੰ ਕਾਬੂ ਕਰਕੇ ਕੀਤਾ ਪੁਲਿਸ ਦੇ ਹਵਾਲੇ। ਚੰਡੀਗੜ੍ਹ 'ਚ ਬੇਖੌਫ ਬਦਮਾਸ਼ ਸੈਕਟਰ 24 'ਚ ਬਦਮਾਸ਼ਾਂ ਨੇ ਤਾਲਾ ਤੋੜ ਕੇ ਸਾਈਕਲ ਕੀਤਾ ਚੋਰੀ, ਮੌਕੇ ਤੋਂ ਫਰਾਰ ਹੋਏ ਚੋਰ, CCTV 'ਚ ਕੈਦ ਹੋਈਆਂ ਤਸਵੀਰਾਂ। ਮਲੌਟ 'ਚ ਪੁਲਿਸ ਨੇ 1 ਸ਼ਖਸ ਨੂੰ ਚੋਰੀ ਦੀ ਆਲਟੋ ਕਾਰ ਤੇ 8 ਮੋਟਰਸਾਈਕਲਾਂ ਸਮੇਤ ਕੀਤਾ ਕਾਬੂ, ਮੁਲਜ਼ਮ ਦੀਪਕ ਕੁਮਾਰ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ, ਅਦਾਲਤ ਵਿੱਚ ਪੇਸ਼ਕਰ ਹਾਸਿਲ ਕੀਤਾ ਜਾਵੇਗਾ ਰਿਮਾਂਡ। ਮਹਿੰਦਰਗੜ੍ਹ ਦੇ ਹੁੱਡਾ ਪਾਰਕ ਦੇ ਸਾਹਮਣੇ ਡਰੱਗ ਕੰਟਰੋਲਰ ਵਿਭਾਗ ਦੇ SCIA ਟੀਮ ਦਾ ਐਕਸ਼ਨ, ਮੈਡੀਕਲ ਸਟੋਰ ਤੇ ਛਾਪਾ ਮਾਰ ਕੇ ਜ਼ਬਤ ਕੀਤੀ ਪਾਬੰਦੀ ਸ਼ੁਦਾ ਦਵਾਈਆਂ, ਦੁਕਾਨ ਨੂੰ ਸੀਲ ਕਰਕੇ ਡਾਕੂਮੈਂਟ ਪੇਸ਼ ਕਰਨ ਦਾ ਦਿੱਤਾ ਸਮਾਂ। ਸ੍ਰੀ ਅਨੰਦਪੁਰ ਸਾਹਿਬ 'ਚ ਆਨਲਾਈਨ ਠੱਗੀ ਦਾ ਮਾਮਲਾ ਆਇਆ ਸਾਹਮਣੇ, ਕਈ ਲੋਕ ਹੋਏ ਸ਼ਿਕਾਰ, ਪੁਲਿਸ CCTV ਦੇ ਆਧਾਰ ਤੇ ਮੁਲਜ਼ਮ ਤੱਕ ਪਹੁੰਚਣ ਦੀ ਕਰ ਰਹੀ ਹੈ ਕੋਸ਼ਿਸ਼। ਜਲੰਧਰ ਵਿੱਚ ਨਕਲੀ ਪੁਲਿਸ ਕਰਮੀਆਂ ਦੇ ਵੱਲੋਂ ਨੌਜਵਾਨਾਂ ਨੂੰ ਭਰਤੀ ਕਰਾਉਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਆਇਆ ਸਾਹਮਣੇ, ਦੋਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ। ਜਲਾਲਾਬਾਦ 'ਚ ਵਰਤ ਦਾ ਆਟਾ ਖਾਣ ਨਾਲ ਬਿਮਾਰ ਹੋਏ ਲੋਕਾਂ ਦੇ ਮਾਮਲੇ 'ਚ DC ਨੇ ਲਿਆ ਐਕਸ਼ਨ, ਕਿਹਾ ਦੁਕਾਨਾਂ ਤੋਂ ਲਏ ਗਏ ਸੈਂਪਲ ਕੀਤੇ ਰੱਦ, ਸਿਹਤ ਵਿਭਾਗ ਨੂੰ ਪ੍ਰਭਾਵਿਤ ਘਰਾਂ 'ਚੋਂ ਆਟੇ ਦੇ ਸੈਂਪਲ ਲੈਣ ਦੇ ਦਿੱਤੇ ਨਿਰਦੇਸ਼। ਲੁਧਿਆਣਾ 'ਚ ਪੁਨੀਤ ਨਗਰ ਇਲਾਕੇ ਦੇ ਘਰ 'ਚ ਲੱਗੀ ਭਿਆਨਕ ਅੱਗ, ਸੜ ਕੇ ਰਾਖ ਹੋਇਆ ਜ਼ਿਆਦਾਤਰ ਸਮਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਸੋਹਣਾ 'ਚ ਗੌਂਦ ਦੀ ਫੈਕਟਰੀ ਨੂੰ ਅਚਾਨਕ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਪਾਇਆ ਕਾਬੂ, ਮਾਲਕ ਮੁਤਾਬਕ 10 ਲੱਖ ਰੁਪਏ ਦਾ ਹੋਇਆ ਨੁਕਸਾਨ। ਫਰੀਦਕੋਟ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਨੇ ਕੀਤਾ ਕਈ ਪਿੰਡਾਂ ਦਾ ਦੌਰਾ, ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ, ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਕੀਤਾ ਪ੍ਰਚਾਰ। ਦਮਦਮਾ ਸਾਹਿਬ ਨਤਮਸਤਕ ਹੋਏ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਕਿਹਾ ਅਕਾਲੀ ਦਲ 'ਚ ਹੀ ਹਾਂ ਸ਼ਾਮਲ, ਬੀਤੇ ਦਿਨੀ ਭਾਜਪਾ 'ਚ ਗਏ ਨੇ ਬੇਟਾ ਤੇ ਨੂੰ।